ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਨ ਯੂਐਸਬੀ ਟੀਵੀ ਮੇਰਾ ਰਾਜਿੰਦਰ ਸਿੰਘ ਖੇਰਾ ਔਰ ਪ੍ਰੋਗਰਾਮ ਹੈ ਪੰਜਾਬ ਅਪਡੇਟ ਸੋ ਪੰਜਾਬ ਦੇ ਲਈ ਅੱਜ ਬਹੁਤ ਵੱਡੀ ਖਬਰ ਹੈ ਔਰ ਜੇ ਮਹਿਕਮਾ ਕੀ ਬੜੀ ਅਪਡੇਟ ਹੈ ਰਾਜਨੀਤੀ ਦੇ ਵਿੱਚ ਵੀ ਤਾਂ ਇਹਨੂੰ ਲੱਗਦਾ ਹੈ ਕਿ ਗੱਤ ਕਥਨੀ ਨਹੀਂ ਹੋਏਗੀ ਸਿੱਖ ਵਿਰੋਧੀ ਦੰਗਿਆਂ ਦੇ ਜ਼ਖਮ ਅਜੇ ਵੀ ਹੱਲੇ ਨੇ ਹਾਈ ਕੋਰਟ ਨੇ ਕੀ ਆਇਆ ਦਿੱਲੀ ਹਾਈ ਕੋਰਟ ਨੇ ਜਿਹੜਾ ਆ ਇਹ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਇਹ ਕਿਹਾ ਕਿ 1984 ਸਿੱਖ ਵਿਰੋਧੀ ਦੰਗਿਆਂ ਦੇ ਨਾਲ ਜੁੜੇ ਕੇਸ ਦੇ ਵਿੱਚ ਸੰਬੰਧਤ ਸਮਰਥ ਅਥਾਰਟੀ ਨੂੰ ਸੇਵਾਮੁਕਤ ਸਿਟੀ ਪੁਲਿਸ ਅਧਿਕਾਰੀ ਖਿਲਾਫ ਸਜ਼ਾ ਲਈ ਟੁਕਮੇ ਹੁਕਮ ਜਾਰੀ ਕਰਨ ਦੀ ਖੁੱਲ ਦਿੱਤੀ ਗਈ ਹੈ ਇਹ ਸਾਹਬਾ ਪੁਲਿਸ ਅਧਿਕਾਰੀ ਹਿੰਸਾ ਦੌਰਾਨ ਕਥਿਤ ਲੁੜੀਂਦੇ ਸੁਰੱਖਿਆ ਬਲਾਂ ਦੀ ਤਣਾਤੀ ਦੇ ਨਾਲ ਨਾਲ ਸ਼ਰਾਰਤੀ ਅੰਸਰਾਂ ਨੂੰ ਖੰਡਾਉਣ ਦੇ ਤੇ ਉਹਨਾਂ ਨੂੰ ਅਹਤਿਆਤੀ ਹਿਰਾਸਤ ਦੇ ਵਿੱਚ ਲੈਣ 'ਚ ਕਥਿਤ ناکਾਮ ਰਿਹਾ ਸੀਗਾ ਹਾਈ ਕੋਰਟ ਨੇ ਕਿਹਾ ਕਿ ਦੇਸ਼ ਅਜੇ ਵੀ ਨਾ ਦੰਗਿਆਂ ਦਾ ਸੰਤਾਪ ਜਿਹੜਾ ਉਹ ਚੱਲ ਰਿਹਾ ਤੇ ਜ਼ਕਮ ਅਜੇ ਵੀ ਅੱਲੇ ਨੇ ਚੀਫ ਜਸਟਿਸ ਸਤੀਸ਼ ਚੰਦਰ ਜਿਹੜੇ ਚੰਦਰਾ ਨੇ ਚੰਦਰਾ ਸ਼ਰਮਾ ਨੇ ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਅਨੁਸ਼ਾਸਨੀ ਅਥਾਰਟੀ ਤੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਵੱਲੋਂ ਕਿੰਗਸਵੇ ਕੈਂਪ ਪੁਲਿਸ ਸਟੇਸ਼ਨ ਦੇ ਤਤਕਾਲੀ ਐਸਐਚਓ ਖਿਲਾਫ ਹੁਕਮਾਂ ਨੂੰ ਲਾਂਬੇ ਰੱਖਦਿਆ ਕਿ ਇਨ੍ਹਾਂ ਦੰਗਿਆਂ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੁਹਾਨੂੰ ਯਾਦ ਹੋਵੇਗਾ ਕਿ ਕਿੰਨੇ ਬੇਕਸੂਰ ਲੋਕ ਰਹੇ ਬਹੁਤ ਸਾਰੀਆਂ ਇਹਦੇ ਉੱਤੇ ਫਿਲਮਾਂ ਆਉਣ ਕਰਨ ਹੋ ਗਿਆ ਆ ਔਰ ਇੱਕ ਰੀਸੈਂਟ ਜਿਹੜੇ ਮੈਂ ਗੱਲ ਕਰਾਂ ਤੇ ਦਿਲਜੀਤ ਦਸਾਂਜ ਦੀ ਫਿਲਮ ਇਹਦੇ ਉੱਤੇ ਆ ਰਹੀ ਹੈ ਪੰਜਾਬ ਦਾ ਉਹ ਦੁੱਖ ਜਿਹੜਾ ਜੇ ਕਹ ਲਿਓ ਕਿ ਪੰਜਾਬ ਦਾ ਉਹ ਜ਼ਖਮ ਜਿਹਨੂੰ ਤੁਸੀਂ ਜਦੋਂ ਮਰਜੀ ਵੇਖ ਲਓ ਚਾਹੇ ਉਹ ਸਿਆੜਾ ਚ ਵੇਖ ਲਓ ਚਾਹੇ ਗਰਮੀਆਂ ਚ ਵੇਖ ਲਓ ਕਹਿੰਦੇ ਨੇ ਕਿ ਲੋ ਜਦੋਂ ਵਗਦੀ ਹੈ ਤਾਂ ਜ਼ਖਮ ਭਰ ਜਾਂਦੇ ਨੇ ਤੇ ਇਹ ਉਹ ਜ਼ਖਮ ਹੈ ਜਿਹੜਾ ਕਿਸੇ ਵੀ ਲੋ ਦੇ ਵਿੱਚ ਵੀ ਨਹੀਂ ਭਰਦਾ ਨਾ ਕਿਸੇ ਸਿਆੜੂ ਦਿਨਾਂ ਦੇ ਵਿੱਚ ਦੀ ਤਪਸ਼ ਜਿਹੜੀ ਹੈ ਉਹ ਘਟ ਹੁੰਦੀ ਹੈ ਕਿਉਂਕਿ ਬੜੇ ਲੋਕ ਇਦਾਂ ਦੇ ਜਿਨ੍ਹਾਂ ਦੇ ਘਰ ਉੱਝੜ ਗਏ ਕਈਆਂ ਦੀਆਂ ਮਾਮਾ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਦਾ ਬਲਾਤਕਾਰ ਹੋਇਆ ਟਾਇਰ ਪਾਪ ਆ ਕੇ ਜਿਹੜੇ ਨੇ ਘਰ ਦਾ ਵਲੀ ਜਿਹੜਾ ਉਹਨੂੰ ਸਾੜ ਦਿੱਤਾ ਛੋਟੇ-ਛੋਟੇ ਬੱਚਿਆਂ ਦੇ ਕਤਲ ਹੋਏ ਨੇ ਪੂਰਾ ਪਰਿਵਾਰ ਰੁਲ ਗਿਆ ਅੱਜ ਵੀ ਤੁਸੀਂ ਦੇਖੋ ਨਾ ਬੀਬੀਆਂ ਦੇ ਨਾਲ ਗੱਲ ਕਰਕੇ ਜਿਨ੍ਹਾਂ ਦੇ ਹਿਰਦੇ ਬਲੁੰਦ ਰਹੇਗੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਉਹ ਸੰਤਾਪ ਅਜੇ ਵੀ ਉੱਥੇ ਖੜਿਆ ਕਹਿੰਦੇ ਨੇ ਕਿ ਜਿੱਦਾਂ ਘਰੋਂ ਪੁੱਤ ਚਲੇ ਜਵੇ ਨਾ ਉਹਨੂੰ ਸਦੀਆਂ ਭਰ ਨਹੀਂ ਭੁੱਲਦਾ ਤੇ ਜਿਨ੍ਹਾਂ ਦੇ ਪੂਰੇ ਪਰਿਵਾਰ ਉਜੜ ਗਏ ਉਹਨਾਂ ਨੂੰ ਕਿੱਥੇ ਭੁੱਲੜੇ ਨੇ ਔਰ ਸਾਡੀ ਇਹ ਬੜੀ ਹੀ ਮੈਂ ਕਹਿੰਨਾ ਮੰਦਪਾਗੀ ਚੀਜ਼ ਹੈ ਕਿ ਅਸੀਂ ਸਿਰਫ ਰਾਜਨੀਤੀ ਕਰਦੇ ਰਹੇਗੇ ਅਸੀਂ ਕਦੀ ਇਹ ਨਹੀਂ ਸੋਚਿਆ ਵੀ ਕੌਣ ਕੌਣ ਜ਼ਿੰਮੇਵਾਰ ਸੀਗਾ ਤੇ ਕਿਨੂ-ਕਿਨੂ ਇਹਦੇ ਲਈ ਜੇਲ੍ਹਾਂ ਦੇ ਵਿੱਚ ਪੁਕਤਣੀਆਂ ਸਜ਼ਾਵਾਂ ਜੜੀਆਂ ਨੇ ਉਹ ਜ਼ਰੂਰੀ ਨੇ ਪਰ ਇਹ ਰਾਜਨੀਤੀ ਹੈ ਰਾਜਨੀਤਾ ਜਿੰਦੇਵਾਲ ਹੋਣ ਕਹਿੰਦੇ ਨੇ ਕਿ ਉਹਦਾ ਬਾਲ ਵਿਭਾਕਾ ਨਹੀਂ ਹੋ ਸਕਦਾ ਫਿਰ ਇਹੋ ਜਿਹੀ ਗੱਲ ਹੈ ਕਿਉਂਕਿ ਉਸ ਸਮੇਂ ਰਾਜਨੀਤੀ ਜਿਹੜੀ ਸੀ ਉਹਨਾਂ ਲੋਕਾਂ ਦੇ ਖਿਲਾਫ ਹੈ ਪਰ ਦਿੱਲੀ ਹਾਈ ਕੋਰਟ ਦੇ ਇਸ ਬੈਂਚ ਨੇ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਕਿਹਾ ਫਿਰਕੀ ਹੋਇਆ ਜੇ ਉਮਰ ਤਰਾਜ਼ ਹੋ ਗਏ ਤਾਂ ਉਹਨਾਂ ਦੀ ਉਮਰ ਦਾ ਕੋਈ ਲਿਹਾਜ਼ ਨਾ ਕੀਤਾ ਜਾਵੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਜ਼ਰੂਰ ਦਿੱਤੀਆਂ ਜਾਣ ਕਿਉਂਕਿ ਇਹਨਾਂ ਨੇ ਬڑے ਲੋਕਾਂ ਦੇ ਘਰ ਜਿਹੜੇ ਨੇ ਉਹ ਤਬਾਹ ਕਰ ਦਿੱਤੇ ਨੇ ਔਰ ਉਹਨਾਂ ਤਬਾਹ ਹੋਇਆ ਘਰਾਂ ਦੇ ਜਿਹੜੇ ਜ਼ਖਮ ਨੇ ਉਹ ਅਜੇ ਵੀ ਅੱਲੇ ਨੇ ਕਿਉਂਕਿ ਇਹ ਬਹੁਤ ਜ਼ਖਮ ਨੇ ਮੈਂ ਜਦੋਂ ਪਹਿਲਾਂ ਹੀ ਕਿਹਾ ਕਿ ਕਿਸੇ ਵੀ ਜਿਹੜਾ ਮੌਸਮ ਹੈ ਉਹਦੇ ਵਿੱਚ ਇਹ ਜ਼ਖਮ ਭਰਦੇ ਨਹੀਂ ਹੈਗੇ ਜਿਹੜੇ ਪਿਓ ਨੇ ਆਪਣੀ ਧੀ ਦਾ ਬਲਾਤਕਾਰ ਹੁੰਦਿਆਂ ਵੇਖਿਆ ਉਹਦੀ ਮੌਤ ਅਣਯਾਈ ਮੌਤ ਜਿਹਨੂੰ ਅਸੀਂ ਕਹਿੰਦੇ ਆ ਉਹ ਹੁੰਦੀ ਵੇਖ ਲਈ ਉਹਨੂੰ ਕਿੱਥੇ ਭੁੱਲਣਾ ਬਹੁਤ ਕੁਝ ਹੋਇਆ ਪੰਜਾਬੀਆਂ ਦੇ ਨਾਲ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 1947 ਫਿਰ 84 ਹੋਈ ਤੇ ਫਿਰ ਹੁਣ ਪੰਜਾਬੀਆਂ ਦੇ ਜਵਾਕ ਅ ਇਦਾਂ ਅ ਦੰਸ਼ਿਆਂ ਦੇ ਵੱਲ ਲਾ ਦਿੱਤੇ ਆ ਕਿ ਪਤਾ ਨਹੀਂ ਕੀ ਕੀ ਜੜਾ ਆ ਉਹ ਹੋ ਸਕਦਾ ਫਿਲਹਾਲ ਇਹ ਬਹੁਤ ਵੱਡੀ ਗੱਲ ਆ ਜਿਹੜੀ ਸतीश ਚੰਦਰਾ ਬੈਂਚ ਨੇ ਇਸ ਕਹੀ ਆ ਧੰਗਿਆਂ ਦਾ ਸੰਤਾਪ ਚੱਲ ਰਹੇ ਲੋਕਾਂ ਦੇ ਜ਼ਖਮ ਜੜੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਠੰਡਕ ਜੜੀ ਆ ਉਹ ਜ਼ਰੂਰ ਮਲੇਗੀ ਅ ਇਨਾ ਹੁਕਮਾਂ ਦੇ ਨਾਲ ਇਹ ਕਈ ਬੇਕਸੂਰਾਂ ਦੀਆਂ ਆਤਮਾ ਨੂੰ ਵੀ ਸ਼ਾਂਤੀ ਮਿਲ ਸਕਦੀ ਹੈ ਮੈਂ ਲਗਾਦਾ ਹਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੀਡਰ ਇਦਾਂ ਦੇ ਨੇ ਜਿਹੜੇ ਬੜੀ ਉਮਰ ਤਰਾਜ਼ ਹੋ ਗਏ ਉਹਨਾਂ ਦੇ ਨਾਮ ਉਸ ਕੇਸ ਦੇ ਵਿੱਚ ਬੋਲਦੇ ਸੀਗੇ ਤੇ ਪਰ ਹੁਣ ਇਹ ਜਿਹੜਾ ਹੁਕਮ ਹੈ ਇਹ ਜਿਹੜਾ ਇੱਕ ਕਹਿ ਲੋ ਕਿ ਇੱਕ ਤਰੀਕੇ ਨਾਲ ਟਿੱਪਣੀ ਜੜੀ ਹੈ ਇਹ ਬਹੁਤ ਅਹਿਮ ਹੈ ਇਸ ਸਮੇਂ ਪੰਜਾਬੀਆਂ ਲੋਕਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਆਪਣੇ ਆਪਣੇ بڑے ਜੀ ਜਿਹੜੇ ਨੇ ਇਸ ਜੰਗ ਦੇ ਵਿੱਚ ਜਿਹੜੇ ਨੇ ਇਹੜੀ جنگ ਡਿਕਲੇਅਰਡ جنگ ਜੀ ਪੋਲਿਟੀਕਲ جنگ ਹੈ ਉਹਦੇ ਵਿੱਚ ਗਵਾ ਦਿੱਤੇ ਨੇ ਤੁਸੀਂ ਇਸ ਅਧਾਰ ਤੇ ਉਹ ਕਹਿੰਦੇ ਜੀ ਬਚ ਨਹੀਂ ਸਕਦੇ ਕਿ ਤੁਸੀਂ ਉਮਰ ਦਰrar ਹੋ ਗਏ ਹੋ ਕਿਉਂਕਿ ਅ ਅਨੁਸ਼ਾਸਨੀ ਅਥਾਰਟੀ ਪੁਲਿਸ ਅਧਿਕਾਰੀਆਂ ਨੂੰ ਵੀ ਸਿੱਖ ਵਿਰੋਧੀ ਦੰਗਿਆਂ ਦੌਰਾਨ ਬਤ ਇੰਤਜ਼ਾਮੀ ਦੇ ਲਈ ਦੋਸ਼ੀ ਠਰਾਇਆ ਸੀ ਜਿਸ ਨੂੰ ਉਹਨਾਂ ਦੇ ਅੱਗੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਅੱਗੇ ਚੁਣੌਤੀ ਦਿੱਤੀ ਹੈ ਕੈਂਟ ਨੇ ਅਪੀਲ ਰੱਦ ਕਰ ਦਿੱਤੀ ਸੀ ਤਾਂ ਉਸ ਨੇ ਹਾਈ ਕੋਰਟ ਦਾ ਰੁਕ ਕਰ ਦਿੱਤਾ ਪਟੀਸ਼ਨਰ ਜਨੇ ਪਾਈ ਹੈ ਜੀ ਪਟੀਸ਼ਨਰ ਨੇ ਹਾਈ ਕੋਰਟ ਦੇ ਵਿੱਚ ਦਾਵਾ ਕੀਤਾ ਕਿ ਉਸ ਨੂੰ ਇਸ ਕੇਸ ਵਿੱਚ ਫੈਸਲਾ ਸੁਣਵਾਈ ਤੋਂ ਬਾਅਦ ਹੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ ਹਾਈ ਕੋਰਟ ਨੇ ਹੁਕਮਾ ਨੂੰ ਲਾਂਬੇ ਰੱਖਦੇ ਹੋਏ ਕਿਹਾ ਕਿ ਪਟੀਸ਼ਨਰ ਖਿਲਾਫ ਅੱਗੇ ਦੋਸ਼ ਸੰਗੀਨ ਨੇ ਅਤੇ ਅਨੁਸ਼ਾਸਨੀ ਅਥਾਰਟੀ ਨੂੰ ਖੁੱਲ ਹੈ ਕਿ ਉਹ ਅਸਹਿਮਤੀ ਦਾ ਨੋਟਿਸ ਵੀ ਜਾਰੀ ਕਰਕੇ ਪਟੀਸ਼ਨਰ ਤੋਂ ਜਾਂਚ ਹਫ਼ਤਿਆਂ ਦੇ ਵਿੱਚ ਜਵਾਬ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗੇ ਇਸ ਮਗਰੋਂ ਸ਼ਾਸਨਿਕ ਅਥਾਰਟੀ ਨੂੰ ਕਾਨੂੰਨ ਮੁਤਾਬਕ ਟੁਕਮਾ ਹੁਕਮ ਜਾਰੀ ਕਰਨ ਦੀ ਪੂਰੀ ਖੋਲ ਹੈ ਬਹੁਤ ਸੋਹਣਾ ਮੈਂ ਕਹਿੰਦਾ ਇਹ ਇਹ ਜੱਜਮੈਂਟ ਹੈ ਕਿਉਂਕਿ ਇਦਾਂ ਦੀਆਂ ਜੱਜਮੈਂਟਸ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਇਦਾਂ ਦੇ ਜਿਹੜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਿਹੜਾ ਸਾਡੇ ਨੇ ਉਹਨਾਂ ਦੇ ਵੱਲੋਂ ਜਿਹੜੇ ਫੈਸਲੇ ਨੇ ਇਹ ਲੈਣੇ ਬਹੁਤ ਜ਼ਰੂਰੀ ਨੇ ਫਿਲਹਾਲ ਅਗੇ ਫਾਤਾ ਹੈ ਕਿਉਂਕਿ ਇਹ ਮਸਲਾ ਉਹ ਹੈ ਕਿ ਜਿਵੇਂ ਜਿਵੇਂ ਜੂਨ ਦਾ ਮਹੀਨਾ ਆਉਂਦਾ ਹੈ ਜਿਵੇਂ ਜਿਵੇਂ ਇਹ ਮਹੀਨੇ ਨੇੜੇ ਆਉਂਦੇ ਨੇ ਇਦਾਂ ਲੱਗਦਾ ਰਹਿੰਦਾ ਹੈ ਕਿ ਉਹ ਦਿਨ ਜਿਹੜੇ ਨੇ ਉਹ ਸਾਡੇ ਜਿਹੜੇ ਦਿਲ ਨੇ ਉਹਨਾਂ ਨੂੰ ਖਿੱਚ ਕੇ ਖਿੱਚ ਪਾਉਂਦੇ ਨੇ ਬਹੁਤ ਲੋਕ ਨੇ ਜਿਹੜੇ ਅਜੇ ਵੀ ਉਸ ਚੀਜ਼ ਨੂੰ ਰੋਂਦੇ ਨੇ ਔਰ ਕਹਿੰਦੇ ਨੇ ਕਿ ਉਹ ਚੀਜ਼ ਹੋਣੀ ਨਹੀਂ ਸੀ ਚਾਹੀਦੀ ਅੱਗੇ ਵਧਦਾ ਆ ਤੇ ਅੱਗੇ ਪੰਜਾਬ ਅਪਡੇਟ ਦੇ ਵਿੱਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਪਤਾ ਹੋਇਆ ਕਿ ਆਟਾ ਦਾਲ ਸਕੀਮ ਨੂੰ ਲੈ ਕੇ ਘਰ-ਘਰ ਆਟਾ ਵੰਡਣ ਦੀ ਸਕੀਮ ਜਿਹੜੀ ਸੀਗੀ ਉਹ ਭਗਵੰਤ ਪਾਤਸ਼ਾਹ ਜੀ ਉਹਨਾਂ ਨੇ ਕੀਤੀ ਸੀ ਫਿਰ ਡੀਪੂ ਹੋਲਡਰਾਂ ਨੇ ਕਿਹਾ ਵੀ ਇਹਦੇ ਨਾਲ ਸਾਡਾ ਜਿਹੜਾ ਸਾਡੀ ਜਿਹੜੀ ਸਾਖ ਹੈ ਉਹ ਕਿਤੇ ਨਾ ਕਿਤੇ ਮਟ ਜਾਉਗੀ ਸਾਡਾ ਜਿਹੜਾ ਪੂਰੇ ਕਈ ਕਿਉਂਕਿ ਕਈ ਪਰਿਵਾਰਾਂ ਦੇ ਉੱਤੇ ਕੋਲ ਡੀਪੂ ਹੈ ਉਹਨਾਂ ਦੀ ਰੋਜ਼ੀ ਰੋਟੀ ਉੱਤੇ ਚੱਲਦੀ ਹੈ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਸ ਤਰੀਕੇ ਦੇ ਨਾਲ ਆਪਣੇ ਕੰਮ ਨੂੰ ਖੋਦਵਾਂਗੇ ਸੋ ਪੰਜਾਬ ਸਰਕਾਰ ਨੂੰ ਇਸ ਵੇਲੇ ਵੱਡਾ ਝਟਕਾ ਕਰ ਕਰ ਆਟਾ ਵੰਡਣ ਵਾਲੀ ਯੋਜਨਾ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆ ਜੋ ਸਵੇਲੇ ਝਟਕਾ ਲੱਗਿਆ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਘਰ ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਰੋਕ ਲਗਾ ਦਿੱਤੀ ਹੈ ਇਹ ਬਹੁਤ ਵੱਡੀ ਸਟੇਟਮੈਂਟ ਆ ਰਹੀ ਹੈ ਵੱਖ-ਵੱਖ ਮੀਡੀਆ ਚੈਨਲ ਤੇ ਮੈਨੂੰ ਲੱਗਿਆ ਤੁਹਾਡੇ ਲਈ ਸਟੇਟਮੈਂਟ ਵੀ ਪੜ੍ਹ ਦਿਵਾ ਇਹ ਯੋਜਨਾ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ ਵੈਸੇ ਪਰ ਇਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸੀ ਪਰ ਤਾਂ ਲੱਗਿਆ ਕਿ ਹਾਈ ਕੋਰਟ ਨੇ ਹੁਣ ਰੋਕ ਲਾ ਦਿੱਤੀ ਹੈ ਔਰ ਐਨ ਐਫਐਸਏ ਡੀਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਤੇ ਡੀਪੂ ਹੋਲਡਰਾਂ ਨੇ ਜਿਹੜੀ ਰਿਕਵੈਸਟ ਕੀਤੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਜਿਹੜਾ ਤੰਦਾ ਆ ਸਾਡੀ ਜਿਹੜੀ ਸਾਖ ਹੈ ਉਹ ਕਿਤੇ ਨਾ ਕਿਤੇ ਖਤਮ ਹੋ ਜਾਣੀ ਹੈ ਜੇਕਰ ਇਹ ਅਜਿਹਾ ਹੀ ਚੱਲਦਾ ਰਿਹਾ ਡੀਪੂ ਹੋਲਡਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਨਾਲ ਉਹਨਾਂ ਦਾ ਰੋਜ਼ਗਾਰ ਖੁੱਸ ਜਾਣਾ ਹੈ ਐਸੋਸੀਏਸ਼ਨ ਦੇ ਮਾਸਾ ਜ਼ਿਲ੍ਹੇ ਦੇ ਆਗੂ ਲਾਲਜੀਤ ਸਿੰਘ ਲਾਲੀ ਨੇ ਦੱਸਿਆ ਕਿ ਲੋਕਾਂ ਨੂੰ ਰਾਸ਼ਨ ਡਿਪੂਆਂ ਦੇ ਵੱਲੋਂ ਵਧੀਆ ਟੱਗ ਦੇ ਨਾਲ ਵੜਿਆ ਜਾ ਰਿਹਾ ਪਰ ਸਰਕਾਰ ਨੇ ਵੀ ਨਵੀਂ ਸਕੀਮ ਦੇ ਨਾਲ ਡਿਪੂ ਹੋਲਡਰਾਂ ਤੇ ਖਪਤਕਾਰਾਂ ਵਾਸਤੇ ਮੁਸ਼ਕਲ ਪੈਦਾ ਕਰ ਦਿੱਤੀ ਹੈ ਕਿਉਂਕਿ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਇਹ ਡਿਪੂ ਹੋਲਡਰ ਚਲਾਉਂਦੇ ਨੇ ਕਾਂਗਰਸ ਦੇ ਵੇਲੇ ਤੁਹਾਨੂੰ ਪਤਾ ਹੋਵੇਗਾ ਕਿ ਬਹੁਤ ਸਾਰੇ ਕਾਂਗਰਸੀ ਪਰਿਵਾਰਾਂ ਨੂੰ ਇਹ ਡਿਪੂ ਦਿੱਤੇ ਗਏ ਸੀਗੇ ਫਿਰ ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਇਹਨਾਂ ਡਿਪੂਜ਼ ਦੇ ਉੱਤੇ ਕੰਮ ਕਰਦੀਆਂ ਨੇ ਰਾਸ਼ਨ ਵੰਡਣ ਦਾ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੇ ਕੋਲ ਹੁੰ ਬਹੁਤ ਸਾਰੇ ਪਿੰਡਾਂ ਦੇ ਨੇ ਜਿੱਥੇ ਅਜੀਬ ਅਜੀ ਕਹਿ ਲਿਆ ਕਿ ਲੋਕੀ ਬਿਲੋ ਦਾ ਪੋਵਰਟੀ ਲਾਈਨ ਨੇ ਸੋ ਉਹਨਾਂ ਦੇ ਲਈ ਇਹ ਸਕੀਮ ਜਿਹੜੀ ਹੈ ਬਹੁਤ ਚੰਗੀ ਹੈ ਔਰ ਅੱਜ ਇਸ ਪਟੀਸ਼ਨ ਦੇ ਉੱਤੇ ਹਮਲਾ ਜਿਹੜਾ ਆ ਇੱਕ ਕਹਿ ਲਿਆ ਕਿ ਵੱਡੀ ਜਿਹੜੀ ਕਾਰਵਾਈ ਜਿਹੜੀ ਹੈ ਉਹ ਹੋ ਗਈ ਹੈ ਔਰ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਵੱਡਾ ਚਟਕਾ ਲੱਗਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਕੱਲ ਪਟੀਸ਼ਨ ਪੈ ਜਾਂਦੀ ਹੈ ਹਰ ਚੀਜ਼ ਦੇ ਉੱਤੇ ਔਰ ਫਿਰ ਉਸ ਤੋਂ ਬਾਅਦ ਉਸ ਪਟੀਸ਼ਨ ਦੇ ਉੱਤੇ ਫੈਸਲਾ ਜਿਹੜਾ ਆ ਉਹ ਆਜ ਬਹਿ ਹੱਕ ਦੇ ਵਿੱਚ ਤੇ ਫਿਰ ਉਹ ਜਿਹੜੀ ਜਿਹੜੀ ਜਾਂਚ ਜਿਹੜੀ ਹੈ ਜਾਂ ਕਹੋ ਜਿਹੜੀ ਪਾਲਿਸੀਜ਼ ਜਿਹੜੀਆਂ ਗਵਰਨਮੈਂਟ ਤੋਂ ਵੱਲੀਆਂ ਬਣਾਈਆਂ ਹੁੰਦੀਆਂ ਤਾਂ ਉਹਨਾਂ ਨੂੰ ਵੀ ਰਿਵਿਊ ਨਾ ਪੈਂਦਾ ਆ ਅੱਗੇ ਬਾਦਨਾ ਆ ਤੇ ਰਾਣੀ ਐਲਿਜ਼ਾਬੈਥ ਸੈਕਿੰਡ ਜਿਹੜੇ ਨੇ ਉਹਨਾਂ ਦਾ ਦਿਹਾਂਤ ਹੋ ਗਿਆ ਜਿਹੜੀਆਂ ਬੜੀਆਂ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪ੍ਰੈਕਟਿਸ ਨੇ ਉਹ ਚੱਲ ਰਹੀਆਂ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਪ੍ਰੋਸੈਸ ਨੂੰ ਲੈ ਕੇ ਉਹ ਸਭ ਦੇ ਵਿੱਚ ਅੱਜ ਇੱਕ ਖਬਰ ਜਿਹੜੀ ਹੈ ਪੂਰੇ ਨੈਸ਼ਨਲ ਮੀਡੀਆ ਦੇ ਉੱਤੇ ਪੰਜਾਬ ਦੇ ਭਾਰਤ ਦੇ ਜਿਹੜੇ ਆ ਸ਼ਾਈ ਹੋਈ ਹੈ ਉਹ ਹੈ ਭਗਵਾਨ ਜਗਨਨਾਥ ਦਾ ਹੈ ਕਹਿੰਦੇ ਜੀ ਕੋਹੇਨੂਰ ਹੀਰਾ ਬਰਤਾਨੀਆਂ ਤੋਂ ਵਾਪਸ ਲਿਆਉਣ ਦੇ ਲਈ ਰਾਸ਼ਟਰਪਤੀ ਦਰੋਪਤੀ ਮਰਮੋ ਨੂੰ ਅਪੀਲ ਕੀਤੀ ਹੈ ਓਡੀਸ਼ਾ ਦੇ ਵਿੱਚ ਸਮਾਜਿਕ ਸੱਭਿਆਚਾਰ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੋਹੇਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ ਸੰਗਠਨ ਨੇ ਬਰਤਾਨੀਆਂ ਤੋਂ ਇਸ ਨੂੰ ਇਤਿਹਾਸਕ ਪੂਰੀ ਮੰਦਿਰ ਨਹੀਂ ਵਾਪਸ ਲਿਆਉਣ ਲਈ ਰਾਸ਼ਟਰਪਤੀ ਦਰੋਪਤੀ ਮੁਰਮਮਦੇ ਦੇ ਦਖਲ ਦੀ ਮੰਗ ਕੀਤੀ ਹੈ ਅੱਛਾ ਜੇਕਰ ਅਸੀਂ ਕੋਹਿੰਨੂਰ ਹੀਰਾ ਦੀ ਗੱਲ ਕਰੀਏ ਤੇ ਕੋਹਿੰਨੂਰ ਹੀਰੇ ਦੀ ਜਿਹੜੀ ਸਟੋਰੀ ਹੈ ਉਹ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਮਿਲਦੀ ਹੈ ਹੁਣ ਇਹਨਾਂ ਦੀ ਇੱਕ ਵੱਖਰਾ ਐਂਗਲ ਹੈ ਮਹਾਰਾਣੀ ਐਲੀਜ਼ਾਬੈਥ ਦੂਸਰੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਪ੍ਰਿੰਸ ਚਾਰਲਸ ਰਾਜਾ ਬਣ ਗਿਆ ਹੈ ਤੇ ਨਿਯਮ ਵਜੋਂ 105 ਕੈਰਟ ਦਾ ਹੀਰਾ ਉਸ ਦੀ ਪਤਨੀ ਕੈਮੀਲਾ ਦੇ ਕੋਲ ਜਾਵੇਗਾ ਪੂਰੀ ਸਥਿਤੀ ਸੰਗਠਨ ਸ਼੍ਰੀ ਜਗਨਨਾਥ ਸੈਨਾ ਨੇ ਰਾਸ਼ਟਰਪਤੀ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਹ ਕੋਹੇਨੂਰ ਹੀਰੇ ਨੂੰ 12ਵੀਂ ਸਦੀ ਦੇ ਮੰਦਰ ਵਿੱਚ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਦਖਲ ਦੇਣ। ਸੈਨਾ ਦੇ ਨੇਤਾ ਪ੍ਰੀਦਰਸ਼ਨ ਪਟਨਾਇਕ ਨੇ ਮੈਮੋਰੰਡਮ ਦੇ ਵਿੱਚ ਕਿਹਾ ਕਿ ਕੋਹੇਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਹੁਣ ਇਹ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਹੈ। ਕਿਰਪਾ ਕਰਕੇ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਨੂੰ ਭਾਰਤ ਲਿਆਉਣ ਦੇ ਲਈ ਕਦਮ ਚੁੱਕਣ ਦੇ ਲਈ ਕਿਹਾ ਜਾਵੇ। ਕਿਉਂਕਿ ਮਹਾਰਾਜਾ ਅਨਜੀਤ ਸਿੰਘ ਨੇ ਆਪਣੀ ਇੱਛਾ ਮੁਤਾਬਕ ਇਸ ਨੂੰ ਭਗਵਾਨ ਜਗਨਨਾਥ ਨੂੰ ਧਾਨ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਨਾਦਰ ਸ਼ਾਹ ਵਿਰੁੱਧ ਲੜਾਈ ਜਿੱਤਣ ਤੋਂ ਬਾਅਦ ਇਹ ਹੀਰਾ ਭਗਵਾਨ ਜਗਨਨਾਥ ਨੂੰ দান ਕੀਤਾ ਸੀ ਇਤਿਹਾਸਕ ਅਤੇ ਖੋਜਕਾਰ ਅਨਿਲ ਧੀਰ ਨੇ ਦੱਸਿਆ ਕਿ ਹੀਰਾ ਤੁਰੰਤ ਮੰਦਰ ਨੂੰ ਸੌਂਪਿਆ ਨਹੀਂ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ 1839 ਦੇ ਵਿੱਚ ਮੌਤ ਹੋ ਗਈ ਸੀ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਉਸਦੇ ਪੁੱਤਰ ਦਲੀਪ ਸਿੰਘ ਤੋਂ ਕੋਹਿੰੂਰ ਹੀਰਾ ਲੈ ਲਿਆ ਸੀ ਭਾਵੇਂ ਉਨ੍ਹਾਂ ਨੂੰ ਪਤਾ ਸੀ ਕਿ ਇਹ ਦਾਨ ਵਿੱਚ ਦਿੱਤਾ ਗਿਆ ਹੈ ਤਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸੀਰੀਅਨ ਲੈ ਕੇ ਬਹੁਤ ਕਸ਼ਕਸ਼ ਚੱਲਦੀ ਹੈ ਜਦੋਂ ਦੇ ਹੀ ਉਹ ਫੌਤ ਹੋਏ ਨੇ ਮਹਾਰਾਣੀ ਐਲੀਜ਼ਾਬੈਥ ਉਦੋਂ ਤੋਂ ਹੀ ਪੰਜਾਬੀ ਤੇ ਖਾਸ ਕਰਕੇ ਉਹ ਕਹਿ ਰਹੇ ਨੇ ਕਿਉਂਕਿ ਅਸੀਂ ਬਾਬਸਤਾ ਹਾਂ ਕਿਉਂਕਿ ਸਾਡੇ ਸਿੱਖ ਸਿੱਖ ਕੌਮ ਦੇ ਮਹਾਰਾਜਾ ਰਣ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਿੱਖ ਰਾਜ ਨੂੰ ਬੜੀ ਬੁਲੰਦੀਆਂ ਤੇ ਲੈ ਕੇ ਗਏ ਸੀਗੇ ਉਹਨਾਂ ਦਾ ਜਿਹੜਾ ਇੱਕ ਹੈ ਲੋਕੀ ਸਪੈਸ਼ਲ ਕਨੈਕਸ਼ਨ ਇਸ ਚੀਜ਼ ਦੇ ਨਾਲ ਜੁੜਿਆ ਹੋਇਆ ਸੋ ਹੁਣ ਇਹ ਕਹਿ ਰਿਹਾ ਕਿ ਉੜੀਸਾ ਦੇ ਜਗਨਨਾਥ ਦੇ ਵੱਲੋਂ ਵੀ ਪਗਾਵਤ ਦੇ ਸਰਵੇਖਣ ਨੂੰ ਮਿਲ ਰਹੇ ਤੇ ਦੇਖਣਾ ਹੋਵੇਗਾ ਕਿ ਕੀ ਜਿਹੜਾ ਸਾਡਾ ਇੱਕ ਡਿਕੋਰਮ ਹੈ ਸਾਡਾ ਐਡਮਿਨਿਸਟ੍ਰੇਟਿਵ ਹੈ ਇਹ ਉਤੇ ਕੋਈ ਇੱਕ ਵੱਡਾ ਡਿਸੀਜਨ ਲੈ ਸਕੇਗਾ ਕਿ ਨਹੀਂ ਲੈ ਸਕੇਗਾ ਕਿਉਂਕਿ ਇਸ ਸਮੇਂ ਦੀ ਇਹ ਵੱਡੀ ਗੱਲ ਹੈ ਵੱਡੀ ਖਬਰ ਹੈ ਔਰ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜੇ ਕਹੀ ਹੈ ਤੇ ਉਹ ਪ੍ਰਾਪਰਟੀ ਦੀ ਗੱਲ ਹੋ ਰਹੀ ਹੈ ਕੈਸਲਸ ਦੀ ਗੱਲ ਹੋ ਰਹੀ ਹੈ ਉਥੇ ਹੀ ਭਾਰਤ ਦਾ ਕਲੇਮਡ ਹੀਰਾ ਜਿਹਨੂੰ ਸੀ ਕਹਿੰਦੇ ਆ ਕਿ ਭਾਰਤ ਦੇ ਵੱਲੋਂ ਲਗਾਇਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਉਸ ਦੇ ਨਾਲ ਉਹਦੇ ਨਾਮ ਜੁੜਦੇ ਨੇ ਉਹਨਾਂ ਦਾ ਹੀ ਹੈ ਔਰ 105 ਕੈਰਟ ਦਾ ਇਹ ਹੀਰਾ ਹੈ ਔਰ ਆਪਾਂ ਕਹਿੰਦੇ ਆ ਕਿ ਉਹ ਪੰਜਾਬ ਨੂੰ ਵਾਪਸ ਦਿੱਤਾ ਜਾਵੇ ਪੰਜਾਬ ਦੀ ਹੈ ਔਰ ਉੱਥੇ ਹੀ ਹੁਣ ਉੜੀਸਾ ਵਾਲੇ ਕਹਿੰਦੇ ਨੇ ਕਿ ਇਹਨੂੰ ਭਗਵਾਨ ਜਗਨਨਾਥ ਜੀ ਨੂੰ ਉਹਨਾਂ ਨੂੰ ਦਾਨ ਕੀਤਾ ਗਿਆ ਸੀ ਤੇ ਉਸ ਦੇ ਕੋਲ ਵਾਪਸ ਲੈ ਕੇ ਆਇਆ ਜਾ ਸਕੇ ਮੈਨੂੰ ਲੱਗਦਾ ਕਿ ਯੋਸ ਹੈ ਔਰ ਹਾਲੇ ਤੱਕ ਫਿਲਹਾਲ ਕੋਈ ਆਫੀਸ਼ੀਅਲ ਸਟੇਟਮੈਂਟ ਨਾ ਆਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਆਈ ਹੈ ਤੇ ਨਾ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਨਾਂ ਦੇ ਕੋਲੋਂ ਆਈ ਹੋਈ ਹੈ ਕਿਉਂਕਿ ਇਹ ਜਿਹੜੀ ਗੱਲ ਹੈ ਇਹ ਸ਼ਾਇਦ ਹੱਲੇ ਅਫਵਾਹਾਂ ਨੇ ਹਰ ਕੋਈ ਗੱਲ ਕਹਿ ਰਿਹਾ ਆ ਪੰਜਾਬ ਦੇ ਵਿੱਚੋਂ ਬੜੇ ਸਾਰੇ ਮੀਮਸ ਬਣਨੇ ਸ਼ੁਰੂ ਹੋ ਗਏ ਨੇ ਔਰ ਪੰਜਾਬੀ ਜਿੱਥੇ ਪੂਰੀ ਦੁਨੀਆ ਦੇ ਵਿੱਚ ਵਸ ਰਹੇ ਨੇ ਉਹ ਹੀ ਕਹਿ ਰਹੇ ਨੇ ਕਿ ਹੁਣ ਨਾਲ ਲੱਗਦਾ ਹੀਰਾ ਜਿਹੜਾ ਆ ਉਹ ਜ਼ਰੂਰ ਪੁੱਛ ਲਿਆ ਜਾਵੇ ਇਸ ਗੱਲ ਦੇ ਨਾਲ ਗੱਲ ਕੀਤੀ ਜਾਵੇ ਪਰ ਅਜੇ ਤੱਕ ਇਹਦੇ ਤੇ ਕੋਈ ਆਫੀਸ਼ੀਅਲ ਸਟੇਟਮ ਅੱਗੇ ਪਾਉਣਾ ਹੈ ਤੇ ਅੱਗੇ ਵੱਡੀ ਖਬਰ ਜਿਹੜੀ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਤੇ ਲਈ ਕਾਲੇ ਚੋਲੇ ਪਾ ਕੇ ਰੋਸ ਮਜ਼ਾਰੇ ਕੀਤੇ ਗਏ ਅੱਛਾ ਕੱਲ ਜਿਹੜਾ ਸੀਗਾ ਅਸੀਂ ਕਹਿੰਦੇ ਹਾਂ ਕਿ ਬੜਾ ਅਹਿਮ ਦਿਨ ਸੀਗਾ ਉਹ ਅਹਿਮ ਦਿਨ ਇਸ ਕਰਕੇ ਸੀ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸ਼ਰੋਣੀ ਕਮੇਟੀ ਨੇ ਉਸ ਦਿਨ ਨੂੰ ਯਾਦ ਕੀਤਾ ਜਿਸ ਦਿਨ ਸਾਰਾ ਘੜੀ ਦੇ ਯੋਧੇ ਜਿਹੜੇ ਸੀਗੇ ਉਹ 21 21 ਜਿਹੜੇ ਸੀਗੇ ਉਹ ਪੰਜਾਬ ਦੇ ਯੋਧੇ ਸੀਗੇ ਸਿੱਖ ਯੋਧੇ ਸੀਗੇ ਔਰ 10000 ਅਫਗਾਨ ਸੈਨਾ ਦੇ ਨਾਲ ਲੜੇ ਸੀਗੇ ਸ਼ਰੂਮਣੀ ਕਮੇਟੀ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੱਲ ਪੂਰੇ ਪੰਜਾਬ ਵਿੱਚ ਹੱਡ ਜ਼ਿਲ੍ਹਾ ਹੈੱਡਕੁਆਟਰ ਤੇ ਸ਼ਰੂਮਣੀ ਕਮੇਟੀ ਮੈਂਬਰਾਂ ਅਤੇ ਕਰਮਚਾਰੀਆਂ ਦੇ ਅਧਿਕਾਰੀਆਂ ਦੇ ਵੱਲੋਂ ਧਰਨੇ ਦਿੱਤੇ ਗਏ ਇਸ ਦੌਰਾਨ ਹੱਤਕੜੀਆਂ ਜਿਹੜੀਆਂ ਨੇ ਆਪਣੇ ਆਪ ਨੂੰ ਸਲਾਖਾਂ ਦੇ ਵਿੱਚ ਜਕੜ ਕੇ ਕਾਲੇ ਕੱਪੜੇ ਪਾ ਕੇ ਕਾਲੇ ਚੋਲੇ ਪਾ ਕੇ ਪ੍ਰਦਰਸ਼ਨ ਕੀਤਾ ਗਿਆ ਕਾਲੀਆਂ ਦਸਤਾਨਾ ਲੋਹੇ ਦੀਆਂ ਜ਼ੰਜੀਰਾ ਪੈਨ ਕੇ ਇਹ ਰੋਸ ਪ੍ਰਦਰਸ਼ਨ ਕਰਪਟਾਉਦੇ ਤੇ ਨਾਹਰੇਬਾਜ਼ੀ ਕਰਦੇ ਨਜ਼ਰ ਆਏ ਧਰਨਾਕਾਰੀਆਂ ਨੇ ਹੱਥਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਾਲੀਆਂ ਤਖਤੀਆਂ ਵੀ ਚੁੱਕੀਆਂ ਆ ਗਿਆ ਸਰ ਬੜੇ ਸਾਲ ਹੋ ਗਏ ਨੇ ਜਦੋਂ ਅਸੀਂ ਹਿਊਮਨ ਰਾਈਟਸ ਚਲੋ ਅਸੀਂ ਸਾਰੀਆਂ ਗੱਲਾਂ ਇੱਕ ਸਾਈਡ ਤੇ ਰੱਖਦੇ ਆ ਕਿ ਉਹ ਸਿੱਖ ਨੇ ਕੋਈ ਈਸਾਈ ਨੇ ਕੋਈ ਮੁਸਲਮਾਨ ਨੇ ਕੋਈ ਨਹੀਂ ਪਰ ਜਦੋਂ ਅਸੀਂ ਹਿਊਮਨ ਗਰਾਉਂਡ ਤੇ ਕਹਿੰਦੇ ਆ ਹਿਮੇਨਿਟੇਰੀਅਨ ਗਰਾਉਂਡ ਦੀ ਗੱਲ ਕਰਦੇ ਆ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਹਰ ਕਿਸੇ ਨੂੰ ਜੇ ਸਜ਼ਾ ਮਿਲੀ ਹੈ ਤੇ ਸਜ਼ਾ ਯਾਪਤਾ ਹੋਣ ਤੋਂ ਬਾਅਦ ਉਸ ਨੂੰ ਉਸ ਜੇਲ੍ਹ ਤੋਂ ਉਸ ਸਲਾਖਾਂ ਦੇ ਪਿੱਛੋਂ ਜਿਹੜਾ ਹੈ ਉਬਾਰ ਕੱਢਿਆ ਜਾਵੇ ਕਿਉਂਕਿ ਅਸੀਂ ਉਸ ਜਗ੍ਹਾ ਤੇ ਰਹਿੰਦੇ ਆ ਜਿੱਥੇ ਜੇਲ੍ਹ ਸਿਸਟਮ ਨੂੰ ਇਸ ਕਰਕੇ ਕਹਿੰਦੇ ਕਿ ਲਿਆਂਦਾ ਗਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਲੋਕ ਜਿਹੜੇ ਨੇ ਉਹ ਮੇਨ ਸਟ੍ਰੀਮ ਦੇ ਵਿੱਚ ਵਾਪਸ ਆਉਣ ਉਹਨਾਂ ਨੂੰ ਪਤਾ ਲੱਗੇ ਕਿ ਜੇਲ੍ਹ ਜਿਹੜਾ ਹੈ ਤੁਸੀਂ ਜਦੋਂ ਤੁਹਾਨੂੰ ਤੁਸੀਂ ਕੁਝ ਗਲਤ ਕਰਦੇ ਹੋ ਤਾਂ ਤੁਹਾਨੂੰ ਇੱਕ ਕਨਫਾਈਨਡ ਇੱਕ ਛੋਟੀ ਘਟਵੀਸ ਪਲੇਸ ਦੇ ਵਿੱਚ ਰਹਿਣਾ ਪੈਂਦਾ ਹੈ ਤੇ ਇਹ ਪਲੇਸ ਇਸ ਕਰਕੇ ਤੁਸੀਂ ਇੱਥੇ ਰਹਿੰਦੇ ਹੋ ਕਿਉਂਕਿ ਤੁਸੀਂ ਕੁਝ ਗਲਤ ਕੀਤਾ ਫਿਰ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਜਾਣ ਲਈ ਤਰਸਦੇ ਹੋ ਪਰ ਤੁਸੀਂ ਜਦੋਂ ਸਜ਼ਾ ਪੂਰੀ ਕਰੋਗੇ ਉਦੋਂ ਹੀ ਜਾਓਗੇ ਪਰ ਕਿਤੇ ਨਾ ਕਿਤੇ ਇਹਨਾਂ ਸਿੱਖਾਂ ਦੀ ਰਿਹਾਈ ਦੇ ਉੱਤੇ ਇਹਨਾਂ ਸਿੰਘਾਂ ਦੀ ਰਿਹਾਈ ਦੇ ਉੱਤੇ ਜਿਨ੍ਹਾਂ ਦੇ ਕਈਆਂ ਦੇਤੇ ਮਿਲਦਾ ਡਬਲ ਡਬਲ ਜਿਹੜੀ ਸਜ਼ਾ ਉਹ ਵੀ ਭੁਗਤ ਲਈ ਹੈ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਹੈ ਅਜੇ ਵੀ ਬਾਹਰ ਤੱਕ ਜਿਹੜਾ ਬਾਹਰ ਦਾ ਰਸਤਾ ਜਿਹੜਾ ਹੈ ਉਹ ਵੇਖਣਾ ਮਨਜ਼ੂਰ ਨਹੀਂ ਹੋਇਆ ਨਸੀਬ ਨਹੀਂ ਹੋਇਆ ਸੋ ਜਿਹੜਾ ਆਪਾਂ ਕਹਿੰਦੇ ਕਿ ਸਾਂਝਾ ਮੋਰਚਾ ਵੀ ਬਣਾਇਆ ਗਿਆ ਮੈਂ ਹਰ ਹਰ ਕਹਿੰਨਾ ਕਿ ਸਾਂਝਾ ਮੋਰਚਾ ਬਣਾਇਆ ਤਾਂ ਗਿਆ ਪਰ ਸਾਂਝੇ ਮੋਰਚੇ ਦੀ ਆਪਸ ਦੇ ਵਿੱਚ ਨਾ ਬਣਨ ਕਾਰਨ ਹਜੇ ਤੱਕ ਇਹਦੇ ਉੱਤੇ ਕੋਈ ਸਟਰੋਂਗ ਕੰਮ ਜਿਹੜਾ ਨਹੀਂ ਕੀਤਾ ਗਿਆ ਫਿਲਹਾਲ ਅ ਕੱਲ ਸਾਰਾ ਘੜੀ ਦਾ ਵੱਡਾ ਇਤਿਹਾਸਿਕ ਦਿਨ ਸੀਗਾ ਉਸ ਦਿਨ ਉਹ ਜੰਗ ਲੜੀ ਗਈ ਔਰ ਉਸ ਦੇ ਨਾਲ ਹੀ ਇਸ ਜਿਹੜਾ ਪ੍ਰਦਰਸ਼ਨ ਦਾ ਜਿਹੜਾ ਆਰੰਭ ਹੋਇਆ ਔਰ ਹੁਣ ਦੇਖਣਾ ਹੈ ਕਿ ਅੱਗੇ ਕੀ ਹੋਏਗਾ ਅੱਜ ਜਿਹੜਾ ਹੈੱਡਕਵਾਰਟਰ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਉੱਥੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੁਣ ਅੱਗੇ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ ਅਗਲੀ ਖਬਰ ਕੈਬਨਟ ਮੰਤਰੀ ਸਰਾਰੀ ਦੀ ਆਡੀਓ ਟੇਪ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਵਿਕਰਮ ਮਜੀਠੀਆ ਲਗਾਤਾਰ ਹੁਣ ਐਕਟਿਵ ਨੇ ਵਿਕਰਮ ਚੀਠਿਆ ਜਦੋਂ ਤੋਂ ਉਹ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਉਹਨਾਂ ਦੀ ਕੋਈ ਨਾ ਕੋਈ ਸਟੇਟਮੈਂਟ ਅਕਸਰ ਨਿਊਜ਼ ਬਣਦੀ ਜਾਂਦੀ ਹੈ ਮੇਰਾ ਤਾਂ ਕੋਈ ਵੀ ਅਜਿਹਾ ਦਿਨ ਨਹੀਂ ਹੈ ਜਿਸ ਦਿਨ ਉਹਨਾਂ ਦੀ ਕੋਈ ਸਟੇਟਮੈਂਟ ਨਿਊਜ਼ ਨਾ ਬਣੀ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਕੈਬਨਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਪ੍ਰਸ਼ਟ ਗਤੀਵਿਧੀਆਂ ਚ ਸ਼ਮੂਲੀਅਤ ਦਾ ਖੁਲਾਸਾ ਕਰਨ ਵਾਲੀ ਟੇਪ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਮંત્રી ਦੀ ਆਪਣੇ ਹੀ OSD ਦੇ ਨਾਲ ਗੱਲ ਹੋਈ ਇਹ ਗੱਲਬਾਤ ਦੀ ਆਡੀਓ ਟੇਪ ਬਾਰੇ ਗੱਲਬਾਤ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ ਕੁਝ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਫਰੋਤੀ ਦੀ ਰਕਮ ਹਾਸਲ ਕਰਨ ਦੀ ਯੋਜਨਾ ਤੇ ਚਰਚਾ ਕਰਦੇ ਸੁਣ ਗਏ ਨੇ ਉਹਨਾਂ ਨੇ ਕਿਹਾ ਕਿ OSD ਨੇ ਖੁਦ ਇਹ ਗੱਲ ਆਖੀ ਹੈ ਕਿ ਇਹ ਆਡੀਓ ਟੇਪ ਅਸਲੀ ਹੈ ਅਤੇ ਇਹ ਹੁਣ ਸਰਕਾਰ ਦੇ ਹੱਥ ਹੈ ਇਹ ਉਹ ਟੇਪ ਹੈ सीबीआई ਨੂੰ ਸੌਂਪ ਕੇ ਜਾਂਚ ਕਰਵਾਈ ਜਾ ਕਰਵਾਉਂਦੀ ਹੈ ਜਾਂ ਨਹੀਂ ਹੈ ਮਜੀਠੀਆ ਨੇ ਮੁੱਖ ਮੰਤਰੀ ਪਗਵਦਪਾਨ ਨੂੰ ਸਵਾਲ ਕੀਤਾ ਹੈ ਕਿ ਸ੍ਰੀ ਸਰਾਰੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਕਾਲੀ ਆਗੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਤੇ ਆਪ ਕਨਵੀਨਰ ਰਵਿੰਦ ਕੇਜੀਵਾਲ ਨੂੰ ਦੋਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਉਹਨਾਂ ਨੇ ਜੈਸੀ ਵੀਜ਼ਾ ਵਿਜੇ ਉਹਨਾਂ ਦੀ ਗੱਲ ਕਰੀ ਜਿਹੜੇ ਸਾਡੇ ਹੈਲਥ ਮਿਨਿਸਟਰ ਸੀ ਉਹਨਾਂ ਨੂੰ ਰਾਤੋਂ ਰਾਤ ਫੜ ਲਿਆ ਸੀਗਾ ਉਹਨਾਂ ਮੰਗ ਕੀਤੀ ਹੈ ਕਿ ਸਰਾਰੀ ਨੂੰ ਤੁਰੰਤ ਬਰਖਾਸਤ ਕਰਕੇ ਕੇਸ ਦਰਜ ਕੀਤਾ ਜਾਵੇ ਅਕਾਲੀ ਆਗੂ ਨੇ ਮੰਤਰੀ ਸਰਾਰੀ ਦੇ ਗੈਰ ਕਾਨੂੰਨੀ ਖਨਣ ਦੇ ਵਿੱਚ ਸ਼ਾਮਲ ਹੋਣ ਤੇ ਵੀ ਦੋਸ਼ ਲਾਏ ਨੇ ਵਿਕਰਮ ਅਜੀਠਿਆ ਨੇ ਕਿ ਆ ਕੀ ਸਰਕਾਰ ਉਹਨਾਂ ਦੇ ਬਚਾ ਦੇ ਲਈ ਪੱਪਾ ਪਾਰ ਹੋਈ ਹੈ ਜਿਨ੍ਹਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦਾ ਜਨਤਕ ਤੌਰ ਤੇ ਪ੍ਰਚਾਰ ਕੀਤਾ ਸੀਗਾ ਅੱਛਾ ਹੁਣ ਫੌਜਦ ਸਿੰਘ ਸਰਾਹੀ ਦੀ ਗੱਲ ਕਰਦੇ ਹਾਂ ਉਹ OSD ਦੇ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਨੇ ਕਿਹਾ ਕਿ IAS AI ਜਿਹੜਾ ਹੈ ਉਹਨੂੰ ਕਿਵੇਂ ਸਮਝਾਵਾਂਗੇ ਉਹ ਕਹਿੰਦਾ ਜੇ ਤੁਸੀਂ ਮੇਰਾ ਨਾਮ ਲੈ ਲਿਓ ਔਰ IAS AI ਨੂੰ ਦੱਸਦੇ ਹੋ ਇਹ ਕਿਤੇ ਨਾ ਕਿਤੇ ਜੇ ਵਾਕਈ ਇਹ ਟੈਂਪਰ ਹੈ ਜਾਂ ਨਹੀਂ ਹੈ ਚਲੋ ਇਹ ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਪਰ ਇਹਦੇ ਉਤੇ ਕਾਰਵਾਈ ਹੋਣੀ ਤੇ ਬਹੁਤ ਜ਼ਰੂਰੀ ਹੈ ਔਰ ਜਨਰਲ ਸਰਕਾਰ ਕਾਰਵਾਈ ਹੁੰਦੀ ਹੈ ਤਾਂ ਥੋੜੇ ਦਿਨ ਲਈ ਉਹਨਾਂ ਨੂੰ ਸਸਪੈਂਡ ਕਰਕੇ ਕਾਰਵਾਈ ਨੂੰ ਨਿਰਪੱਖ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਹੋਣੀ ਚਾਹੀਦੀ ਹੈ ਕਿਉਂਕਿ ਬੜੇ ਸਾਰੇ ਨੇਤਾ ਨੇ ਸਾਧੂ ਸਿੰਘ ਧਰਮਸੋਤ ਹੋ ਗਿਆ ਬੜੇ ਸਾਰੇ ਹੋਰ ਨੇਤਾ ਨੇ ਜਿਨ੍ਹਾਂ ਦੇ ਉੱਤੇ ਲਗਾਤਾਰ ਅਸੀਂ ਰੱਖਿਆ ਕਿ ਗਤੀਵਿਧੀਆਂ ਕਰ ਰਹੀ ਹੈ ਇਹ ਆਪ ਸਰਕਾਰ ਤੇ ਹੁਣ ਜਦੋਂ ਆਪ ਸਰਕਾਰ ਦੇ ਆਪ ਦੇ ਬੰਦੇ ਦੀ ਗੱਲ ਹੈ ਤਾਂ ਦੋਹਰੇ ਮਾਪਦੰਡ ਬਿਲਕੁਲ ਹੀ ਨਹੀਂ ਹੋਣੇ ਚਾਹੀਦੇ ਤਾਂ ਜੋ ਜਿਹੜੇ ਆਪ ਕੈਲੀਓ ਕਿ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਆਪੋਜੀਟ ਸਰ ਤੇ ਪੋਲਿਟੀਕਲ ਪਾਰਟੀਆਂ ਦੇ ਮੈਂਬਰ ਨੇ ਉਹ ਉਹਨਾਂ ਦੇ ਕੋਲ ਕੋਈ ਮੌਕਾ ਨਾ ਹੋਵੇ ਗੱਲ ਕਰਨ ਦੇ ਲਈ ਸੋ ਇਸ ਤਰੀਕੇ ਦੇ ਨਾਲ ਜਿਹੜਾ ਸਿਰਜਣਾਤਮਕ ਤਰੀਕੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਸੋ ਇਹ ਇੱਕ ਵੱਡੀ ਜਿਹੜੀ ਖਬਰ ਹੈ ਇਸ ਸਮੇਂ ਦੀ ਕਿ ਜੈਸੀ ਫੌਜਾ ਸਿੰਘ ਸਰਾਹੀ ਦੀ ਗੱਲ ਕਰਦੇ ਆ ਤਾਂ ਫੌਜਾ ਸਿੰਘ ਸਰਾਹੀ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੇ ਵੈਸੇ ਕਹਿ ਦਿੱਤਾ ਕਿ ਦੇਖੋ ਗੱਲਬਾਤ ਬਾਜ਼ ਮੇਰੀ ਹੈ ਔਰ ਬਾਜ਼ ਜੋ ਤੁਹਾਡੇ ਸਾਹਮਣੇ ਆ ਰਿਹਾ ਉਹ ਟੈਂਪਰ ਕੀਤਾ ਹੋਇਆ ਉਹ ਐਸਡੀ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਟੈਂਪਰ ਹੋ ਸਕਦਾ ਇਹ ਗੱਲ ਹੋਈ ਨਹੀਂ ਹੈਗੀ ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਜੇਕਰ ਇਹਨਾਂ ਦੀਆਂ ਵਾਜਾਂ ਜ਼ਰੂਰ ਨੇ ਤਾਂ ਕੁਝ ਤਾਂ ਰਿਐਲਿਟੀ ਹੈ ਦੇ ਵਿੱਚ ਤੇ ਜੇ ਰਿਐਲਿਟੀ ਹੈ ਤੇ ਫਿਰ ਉਸ ਨੂੰ ਸਾਹਮਣੇ ਜ਼ਰੂਰ ਲਿਆਉਣਾ ਚਾਹੀਦਾ ਹੈ ਸੱਚ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਤੇ ਸੀਬੀਆਈ ਜਾਂਚ ਤੇ ਨਹੀਂ ਕਿਉਂਕਿ ਇਹ ਬਹੁਤ ਮਾਮਲਾ ਛੋਟਾ ਹੈ ਸੀਬੀਐਸ ਜਾਂਸ ਤੋਂ ਇਲਾਵਾ ਸਾਡੇ ਕੋਲੇ ਹੋਰ ਵੀ ਬੜੇ ਸਾਰੇ ਆ ਕੰਪੀਟਿਟਿਵ ਜਿਹੜੇ ਆਫੀਸਰ ਨੇ ਕਿਉਂਕਿ ਇਹਨਾਂ ਦੀਆਂ ਜਾਂਚ ਜੜੀਆਂ ਨੇ ਉਹ ਨਾ ਕਿਸੇ ਪਾਰਟੀ ਦੇ ਟਾਈਮ ਪਹਿਲਾਂ ਸੀਬੀਆਈ ਨੇ ਕੀਤੀ ਆ ਤੇ ਨਾ ਹੁਣ ਕੀਤੀ ਜਾਣੀ ਆ ਕਿਉਂਕਿ ਬਹੁਤ ਮਾਮਲਾ ਛੋਟਾ ਕੰਸੀਡਰ ਕੀਤਾ ਜਾ ਰਿਹਾ ਆ ਅੱਗੇ ਬਾਦ ਨੇ ਆ ਜੀ ਸਦੂ ਮੂਸੇਵਾਲਾ ਕਤਲ ਕੇਸ ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫਤਾਰ ਕਰ ਲਿਆ ਮਰਹੂਮ ਗਾਇਕ ਸਦੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਹਰਿਆਣਾ ਦੇ ਡੱਬ ਵਾਲੀ ਤੋਂ ਗ੍ਰਿਫਤਾਰ ਕੀਤਾ ਹੈ ਤੇ ਉਹਦੇ ਤੇ ਮੂਸੇਵਾਲਾ ਦੀ ਰੈਕੀ ਕਰਨ ਦਾ ਵੀ ਦੋਸ਼ ਹੈ ਬਿੱਟੂ ਲਾਰੈਂਸ ਬਿਸ਼ਨੋਈ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਹੈ ਪੁਲਿਸ ਸੂਤਰਾਂ ਮੁਤਾਬਕ ਬਿੱਟੂ ਸਿੰਘ ਮੂਸੇਵਾਲੇ ਦੀ ਕਾਰ ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਤੋਂ ਇੱਕ ਪ੍ਰੇਅਕਤ ਫੌਜੀ ਦੇ ਸੰਪਰਕ ਦੇ ਵਿੱਚ ਸੀਗਾ ਸੋ ਇੱਕ ਵੱਡੀ ਖਬਰ ਹੈ ਇਸ ਤੋਂ ਇਲਾਵਾ ਉਹ ਲਾਰੈਂਸ ਬਿਸ਼ਨੋਈ ਦੇ ਨਾਲ ਜੇਲ੍ਹ ਵਿੱਚ ਵੀ ਰਿਹਾ ਹੈ ਦੋਵੇਂ ਭਰਾ ਕਾਫੀ ਸਮੇਂ ਤੋਂ ਮੂਸੇਵਾਲਾ ਦੀ ਰੈਕੀ ਕਰ ਰਹੇ ਸਨ ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਗੌਰਵ ਤੂਰਾ ਨੇ ਦੱਸਿਆ ਕਿ ਬਿੱਟੂ ਨੂੰ ਮਾਨਸਾ ਪੁਲਿਸ ਦੇ ਵੱਲੋਂ ਡਾਕਟਰੀ ਜਾਂਚ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅੱਛਾ ਇੱਕ ਹਾਈ ਪ੍ਰੋਫਾਈਲ ਕੇਸ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਜਿਹੜੇ ਮਰਹੂਮ ਨੇ ਉਹਨਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸ਼ਰੀਆਮ ਦਿਨ ਦਿਹਾੜੇ ਜਿਸ ਨੂੰ ਕਹਿੰਦੇ ਆ ਕਿ ਕੋਲਡ ਬਲੱਡਡ ਮਰਡਰ ਗ੍ਰੇਜ਼ੀ ਦੇ ਵਿੱਚ ਕਹਿੰਦੇ ਆ ਉਹ ਹੋਇਆ ਔਰ ਉਸ ਤੋਂ ਬਾਅਦ ਇੱਡਾ ਸਮਾਂ ਚੱਲ ਗਿਆ ਹੈ ਬਹੁਤ ਸਮਾਂ ਲੰਮਾ ਬੀਤ ਗਿਆ ਹੈ ਪਰਿਵਾਰਕ ਮੈਂਬਰ ਰੋਜ਼ ਕਿਤਨਾ ਕੋਈ ਗੁਹਾਰ ਲਾਉਂਦੇ ਨੇ ਇਨਸਾਫ ਦੀ ਇਦਾਂ ਲੱਗਦਾ ਹੈ ਕਿ ਪਰਤਦਰ 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 ਇੱਕ ਕੇਸ ਦੇ ਪਿੱਛੇ ਕਈ ਪਰਤਾਂ ਨਿਕਲ ਕੇ ਸਾਹਮਣੇ ਆ ਗਈਆਂ ਕੱਲ ਐਨਆਈ ਨੇ ਸ਼ਾਪੇ ਮਾਰੇ ਹੋਰ ਉਸ ਤੋਂ ਪਹਿਲਾਂ ਇਹ ਗੱਲ ਫੈਲ ਗਈ ਕਿ ਸਿੱਧੂ ਮੂਸੇ ਵਾਲਾ ਕਤਲ ਦੇ ਨਾਲ ਜੁੜੇ ਹੋਏ ਫਾਸ ਸ਼ਾਪੇ ਨੇ ਫਿਰ ਐਨਆਈ ਨੇ ਕਲੀਅਰ ਕੀਤਾ ਕਿ ਇਦਾਂ ਦਾ ਕੁਝ ਨਹੀਂ ਹੈ ਕਿਉਂਕਿ ਇਹਦੇ ਨਾਲ ਨਹੀਂ ਇਦਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗੈਂਗਸ ਵਾਲੇ ਬੈਠੇ ਨੇ ਜਿਹੜੇ ਬੱਕਰੀਆਂ-ਵੱਕਰੀਆਂ ਗੈਂਗ ਬਣਾ ਕੇ ਬੈਠੇ ਨੇ ਇਹਨਾਂ ਦੇ ਜਿਹੜੇ ਸਾਨੂੰ ਇਹ ਉਸ ਸੂਚਨਾ ਮਿਲੀ ਇਨਫੋਰਮੇਸ਼ਨ ਮਿਲਿਆ ਕਿ ਇਹਨਾਂ ਦੇ ਸੰਪਰਕ ਡਟੇ ਨੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਨਾਲ ਸੋ ਇਸ ਕਰਕੇ ਇਹ ਵੱਡੀ ਖਬਰ ਹੋਰ ਨਹੀਂ ਬੜੀ ਕੱਲ ਪੰਜਾਬ ਦੇ ਵਿੱਚ 25 ਥਾਂ ਦੇ ਉੱਤੇ ਹਰਿਆਣਾ ਦੇ ਵਿੱਚ ਵੀ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਵੀ ਛਾਪੇ ਮਾਰੇ ਗਏ ਔਰ ਜੱਗੂ ਭਗਵਾਨਪੁਰਿਆ ਬਹੁਤ ਸਾਰੇ ਹੋਰ ਲੋਕਾਂ ਦੇ ਜਿਹੜੇ ਨੇ ਬੜੇ ਨਾਮਵਰ ਲੋਕ ਜਿਹੜੇ ਕ੍ਰਾਈਮ ਦੇ ਵਿੱਚ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਪਿੰਡ ਸੀਲ ਕੀਤੇ ਗਏ ਉਹਨਾਂ ਦੇ ਉੱਤੇ ਛਾਪੇ ਮਾਰੇ ਗਏ ਸੋ ਫਿਲਹਾਲ ਵੱਡੀ ਗੱਲ ਹੈ ਕਿ ਬਿੱਟੂ ਨੂੰ ਡੱਬ ਵਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਰੇਕੀ ਕਿਵੇਂ ਹੋ ਸਕਦੀ ਹੈ ਔਰ ਪੁਲਿਸ ਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ ਜਦੋਂ ਅਸੀਂ ਹਾਈ ਪ੍ਰੋਫਾਈਲ ਦੀ ਗੱਲ ਕਰਦੇ ਹਾਂ ਤੇ ਥੋੜੇ ਦਿਨ ਪਹਿਲਾਂ ਹੀ ਇੱਕ ਵੱਡੀ ਖਬਰ ਆਈ ਸੀਗੀ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਤਾਂ ਉਹ ਇੱਕ ਰਾਤ ਪੂਰੇ ਜਿਹੜੇ ਨੇ ਉਸੇ ਏਰੀਆ ਦੇ ਵਿੱਚ ਖੇਤੋਂ ਖੇਤ ਹੋ ਕੇ ਲੁਕੇ ਰਹੇ ਨੇ ਜਿਹੜੇ ਪ੍ਰਿਯਵਰਤ ਫੌਜੀ ਸੀ ਉਹਨਾਂ ਨੇ ਹੀ ਖੁਲਾਸਾ ਕੀਤਾ ਕਿ ਅਸੀਂ ਕਿਸੇ ਦੇ ਘਰ ਦੇ ਵਿੱਚ ਰਾਤੋ ਰਾਤ ਬੈਠੇ ਰਹੇ ਕਿਉਂ ਨਹੀਂ ਪੁਲਿਸ ਨੇ ਹਾਈ ਅਲਰਟ ਕੀਤਾ ਜੈਮਰ ਕਿਉਂ ਨਹੀਂ ਲੱਗੇ ਕਿਉਂ ਨਹੀਂ ਕਿਤੇ ਨਾ ਕਿਤੇ ਇਨਕੰਪਟੈਂਸੀ ਤਾਂ ਦਿਖਦੀ ਪਈ ਹੈ ਇਸ ਕੇਸ ਦੇ ਵਿੱਚ ਔਰ ਇੰਨਾ ਲੰਮਾ ਸਮਾਂ ਹੋ ਗਿਆ ਜਿਹੜੇ ਇਨਸਾਫ ਦੀ ਗੁਹਾਰ ਲਾ ਰਹੇ ਨੇ ਉਹਨਾਂ ਨੂੰ ਅੱਜ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਫਿਲਹਾਲ ਬਲਕੌਰ ਸਿੰਘ ਉਹਨਾਂ ਦਾ ਉਸ ਦਿਨ ਆਇਆ ਸੀਗਾ ਕਿ ਮੈਂ ਨਹੀਂ ਚਾਹੁੰਦਾ ਕੇ ਪੰਜਾਬ ਦੇ ਵਿੱਚ ਮੇਰਾ ਪੁੱਤ ਤੇ ਗਿਆ ਕੋਈ ਹੋਰ ਪੰਜਾਬ ਦੇ ਵਿੱਚ ਕਿਸੇ ਮਾਂ ਦਾ ਪੁੱਤ ਜਾਵੇ ਕਿਸੇ ਪਿਓ ਦਾ ਕੱਲਾ ਕੱਲਾ ਪੁੱਤ ਚਲੇ ਜਾਵੇ ਸੋ ਇਹਨਾਂ ਗਾਂ ਇਸ ਜਿਹੜੇ ਆਪਾਂ ਕਹਿੰਦੇ ਆਰਗੇਨਾਈਜ਼ ਕ੍ਰਾਈਮ ਨੇ ਇਹਨਾਂ ਨੂੰ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਈ ਹੋਰ ਸਿੱਧੂ ਮੂਸੇਵਾਲਾ ਵਾਂਗ ਜੜਾਇਆ ਉਹ ਇਹਨਾਂ ਕ੍ਰਾਈਮ ਜਿਹੜੇ ਤੋੜਦੇ ਨੇ ਉਹਨਾਂ ਦਾ ਉਹਨਾਂ ਦੇ ਪੇਂਟ ਚੜ ਸਕੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਲਗਾਤਾਰ ਪਰਵਾਰ ਜਿਹੜਾ ਆ ਉਹ ਇਨਸਾਫ ਦੀ ਗੁਹਾਰ ਲਾ ਰਿਆ ਉਹਨਾਂ ਨੂੰ ਲੱਗਦਾ ਕਿ ਇਨਸਾਫ ਜ਼ਰੂਰ ਹੋਣਾ ਚਾਹੀਦਾ ਔਰ ਇਹ ਇਨਸਾਫ ਉਦਹੀਂ ਹੋਏਗਾ ਜਦੋਂ ਕਿ ਇਸ ਪੂਰੇ ਕੇਸ ਨੂੰ ਪੋਲਿਸ ਜੜੀ ਆ ਚੰਗੀ ਤਰ੍ਹਾਂ ਨਿਪਟਾਰੋਗੇ ਕਿਉਂਕਿ ਲਗਾਤਾਰ 골ਡੀ ਬ੍ਰਾਡ ਜਿਹੜਾ ਹੈ ਜਿਹੜਾ ਕੈਨੇਡਾ ਦੇ ਵਿੱਚ ਹੈ ਉਹ ਲਗਾਤਾਰ ਆਪਣੇ ਆਪ ਨੂੰ ਇਦਾਂ ਦੱਸ ਰਿਹਾ ਕਿ ਮੈਂ ਬਹੁਤ ਐਕਟਿਵ ਹਾਂ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਸੋ ਇਹ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ਅੱਗੇ ਵਧਾਂ ਤੇ ਸਾਡੇ ਭਗਵੰਤ ਮਾਨ ਸਾਡੇ ਪੰਜਾਬ ਦੇ ਸੀਐਮ ਜਿਹੜੇ ਨੇ ਜਰਮਨ ਗਏ ਨੇ ਔਰ ਕੰਪਨੀਆਂ ਦੇ ਨਾਲ ਮਿਲ ਰਹੇ ਨੇ ਕਹਿੰਦੇ ਜੀ ਨਿਵੇਸ਼ ਦਾ ਸੱਦਾ ਦਿੰਨੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਰਮਨ ਦੌਰੇ ਦੇ ਪਹਿਲੇ ਦਿਨ ਪੰਜਾਬ ਨੂੰ ਨਿਵੇਸ਼ ਦੇ ਲਈ ਤਰਜੀਹ ਸਥਾਨ ਦੱਸਦਿਆਂ ਨਾਮੀ ਕੰਪਨੀਆਂ ਦੇ ਨਾਲ ਵਿਚਾਰ-ਚਰਚਾ ਕੀਤੀ ਹੈ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਜਰਮਨੀ ਦੇ ਜਿਹੜੇ ਉਦਯੋਗਪਤੀਆਂ ਨੂੰ ਅਗਲੇ ਸਾਲ 23-24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸਮੇਲਨ ਦੇ ਵਿੱਚ ਪੰਜਾਬ ਹੋਣ ਲਈ ਓਨਲੀ ਸੱਦਾ ਦਿੱਤਾ ਹੈ। ਭਗਵੰਤ ਪਾਰ ਨੇ ਪਰ ਬੁੱਕ ਕੰਪਨੀਆਂ ਜਿਹਦੇ ਵਿੱਚ ਜੈਪਲਿਨ, ਬੋਇਲੇਟਰ, ਮਾਈਨੈਂਟ, ਡੋਂ ਲਟਸਨ, ਆਇਗਸ ਨੇ ਸ੍ਰਿਪਿਆਨੀ ਹੈਰਿਸਨ ਵਾਲਸਨ ਪੈਂਟੇਅਰ ਅਤੇ ਹੋਰਾਂ ਦੇ ਨਾਲ ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ ਉਦਯੋਗਿੰਗ 에ਅਰ ਫਿਲਟਰੇਸ਼ਨ ਪ੍ਰਣਾਲੀਆਂ ਸ਼ੁੱਧੀਕਰਨ ਟੈਕਨਾਲੋਜੀਆਂ ਪਾਣੀ ਦੇ ਵਿੱਚ ਰਸਾਇਣ ਦਾ ਮਾਪ ਉਦਯੋਗਾਂ ਤੇ ਪਾਣੀ ਨੂੰ ਸੋਧਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਹੈ ਪੰਜਾਬ ਨੂੰ ਕਾਰੋਬਾਰ ਕਰਨ ਦੇ ਲਈ ਪਸੰਦੀਦਾ ਸਥਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੰਪਨੀਆਂ ਨੂੰ ਸੂਬੇ ਦੇ ਵਿੱਚ ਨਿਵੇਸ਼ ਕਰਨ ਨਾਲ ਬਹੁਤ ਫਾਇਦਾ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨਵेशपੱਖੀ ਨੀਤੀਆਂ ਉਦਯੋਗਿਕ ਸ਼ਾਂਤੀ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਸੂਬੇ ਦੇ ਵਿੱਚ ਉਦਯੋਗਿਕ ਵਿਕਾਸ ਦੇ ਲਈ అనుకూਲ ਮਾਹੌਲ ਪ੍ਰਦਾਨ ਕਰ ਸਕਦੀਆਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲਾਂ ਪਹਿਲਾ ਸਿੰਗਲ ਵਿੰਡੋ ਸੇਵਾ ਮਹਿਜ਼ ਦਿਖਾਵਾ ਸੀ ਜਿਸ ਨੇ ਨਾ ਸਿਰਫ ਸੰਭਾਵੀ ਨਿਵੇਸ਼ਕਾਂ ਨੂੰ ਨਰਾਸ਼ ਕੀਤਾ ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਵੀ ਰੁਕਾਵਟ ਪਾਈ ਹੈ ਪਰ ਉਹਨਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਿੰਗਲ ਵਿੰਡੋ ਪ੍ਰਣਾਲੀ ਦੇ ਵਿੱਚ ਸੂਬੇ ਵਿੱਚ ਨਿਵੇਸ਼ ਕਰਨ ਦੇ ਇਸ਼ਕ ਉਦਮੀਆਂ ਦੇ ਲਈ ਅਸਲ ਸਹੂਲਤ ਜੜੀ ਹੈ ਉਹ ਪੇਸ਼ ਕੀਤੀ ਜਾ ਸਕੇ ਅੱਗੇ ਵਧਦੇ ਅੱਗੇ ਵੱਡੀ ਖਬਰ ਜੜੀ ਹੈ ਉਹ ਚਰਚ ਤੋਂ ਆ ਰਹੀ ਹੈ ਕਿ ਕੋਈ ਚਰਚ ਪ੍ਰਾਤਨਾਵਿਲੇ ਕੈਂਸਰ ਪੀੜਤ ਬੱਚੀ ਦੀ ਮੌਤ ਹੋ ਗਈ ਮੈਦਾਸਮਾ ਕੀ ਤਾਜਪੁਰ ਦੀ ਚਰਚ ਚ ਕੈਂਸਰ ਪੀੜਤ ਬੱਚੀ ਦੀ ਦੇਰ ਰਾਤ ਮੌਤ ਹੋ ਗਈ ਹੈ ਲਾਂਬੜਾ ਪੁਲਿਸ ਅਨੁਸਾਰ 4 ਸਾਲਾਂ ਬੱਚੀ ਦਾ ਇਲਾਜ ਦਿੱਲੀ ਦੇ ਐਮ ਸਸਤਾਲ ਦੇ ਵਿੱਚ ਚੱਲ ਰਿਹਾ ਸੀ ਪੀੜਿਤ ਬੱਚੀ ਦੇ ਮਾਪੇ ਉਸ ਨੂੰ ਤਾਜਪੁਰ ਦੀ ਚਰਚ ਵਿੱਚ ਇਸ ਉਮੀਦ ਨਾਲ ਲਿਆ ਲਿਆਏ ਸਨ ਕਿ ਇਸ ਇੱਥੇ ਬੱਚੀ ਠੀਕ ਹੋ ਜਾਵੇਗੀ ਮਾਪਿਆਂ ਨੇ ਦੱਸਿਆ ਸੀ ਕਿ ਉਹਨਾਂ ਦੇ ਕੋਲ ਕਦੇ 15000 ਰੁਪਏ ਤੇ ਕਦੇ 50000 ਰੁਪਏ ਮੰਗੇ ਗਏ ਮ੍ਰਿਤਕ ਬੱਚੀ ਤਨਿਸ਼ਾ ਦੇ ਮਾਪਿਆਂ ਨੇ ਵੀਡੀਓ ਕਲਿੱਪ ਦੇ ਵਿੱਚ ਸਾਰਾ ਕੁਝ ਦੱਸਿਆ ਉਹਨਾਂ ਦੋਸ਼ ਲਗਾਇਆ ਕਿ ਬੱਚੀ ਦੀ ਮੌਤ ਤੋਂ ਬਾਅਦ ਉਹਨਾਂ ਨੂੰ ੱੱਕੇ ਮਾਰ ਕੇ ਚਰਚੋਂ ਬਾਹਰ ਕੱਢ ਦਿੱਤਾ ਗਿਆ ਇਸ ਵਿੱਚ ਬੱਚੀ ਦੀ ਲੰਗੀ ਸ਼ਾਮ ਉਸ ਵੇਲੇ ਮੌਤ ਹੋ ਗਈ ਜਦੋਂ ਤਾਜਪੁਰ ਚਰਚ ਦਾ ਪਾਦਰੀ ਪ੍ਰਾਰਥਨਾ ਸਭਾ ਦੇ ਇਲਾਜ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਸੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਬੱਚੇ ਦਾ ਇਲਾਜ ਕਰਵਾਉਣ ਦੇ ਲਈ 9 ਮਹੀਨਿਆਂ ਤੋਂ ਇਸ ਚਰਚ ਦੇ ਵਿੱਚ ਆ ਰਹੇ ਸਨ ਲਾਂਬੜਾ ਥਾਣੇ ਦੇ ਐਸ ਐਚ ਓ ਅਮਨ ਸੈਣੀ ਨੇ ਦੱਸਿਆ ਕਿ ਲੜਕੀ ਪਿਛਲੇ 2 ਸਾਲਾਂ ਤੋਂ ਕੈਂਸਰ ਤੋਂ ਪੀੜਤ ਸੀ ਉਸ ਨੂੰ ਕੀਮੋਥੈਰੇਪੀ ਵੀ ਦਿੱਤੀ ਗਈ ਪਰ ਹੁਣ ਉਸ ਦੇ ਅੰਗ ਫੇਲ ਹੋ ਚੁੱਕੇ ਸਨ ਡਾਕਟਰਾਂ ਨੇ ਪਾਸ ਤੋਂ ਬੋਨ ਦੱਸਿਆ ਸੀ ਕਿ ਬੱਚੀ ਨੂੰ ਬਚਾਇਆ ਨਹੀਂ ਜਾ ਸਕਦਾ ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਉਹਨਾਂ ਵਿੱਚ ਉਹਨਾਂ ਇੱਕ ਸਾਲ ਪਹਿਲਾਂ ਕੁਝ ਵੀਡੀਓ ਦੇਖੇ ਸਨ ਜਿਨ੍ਹਾਂ ਦੇ ਵਿੱਚ ਦਾਵਾ ਕੀਤਾ ਗਿਆ ਸੀ ਕੈਂਸਰ ਦਾ ਮਰੀਜ਼ ਇੱਥੇ ਠੀਕ ਹੋ ਜਾਂਦਾ ਹੈ ਹੁਣ ਗੱਲ ਸ਼ਰਦਾ ਦੀ ਹੈ ਔਰ ਜਦੋਂ ਸ਼ਰਦਾ ਦੀ ਗੱਲ ਕਰਦੇ ਹਾਂ ਤਾਂ ਫਿਰ ਸ਼ਰਦਾ ਦੇ ਅੱਗੇ ਸਭ ਕੁਝ ਫਿੱਕਾ ਹੈ ਪਰ ਮਰਨਾ ਜੀਵਣਾ ਸ਼ਾਇਦ ਉਸ ਅਲਟੀਮੇਟ ਪਾਵਰ ਇੱਕ ਪਾਵਰ ਦੇ ਹੱਥ ਹੈ ਉਹਦੇ ਤੇ ਕੁਝ ਨਹੀਂ ਕੀਤਾ ਜਾ ਸਕਦਾ ਫਿਲਹਾਲ ਐਸੀ ਪੰਜਾਬ ਅਪਡੇਟ ਤੁਸੀਂ ਦੇਖਦੇ ਰਹੋ ਪੰਜਾਬ ਮੇਰੀ ਯੂਨਿਵਰਸਿਟੀ ਵਿੱਚ ਮੈਨੂੰ ਉਹ ਆ ਗਿਆ ਸਤਿ ਸ਼੍ਰੀ ਅਕਾਲ